ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਆਹਮੋ ਸਾਹਮਣੇ ਆ। ਚੰਦਰਜਾਨ ਦੀ ਜਿਹੜੀ ਲੈਂਡਿੰਗ ਆ ਉਹ ਸਫਲਤਾਪੂਰਵਕ ਹੋਈ। ਇਸ ਦੇ ਤਹਿਤ ਹੀ ਜਿਹੜੇ ਸੁਨੀਲ ਜਾਖੜ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇੱਕ ਤੰਜ ਕੱਸਿਆ ਗਿਆ। ਪੰਜਾਬ ਦੇ ਸਰਕਾਰ ਨੂੰ ਕਿਹਾ ਗਿਆ ਟਵੀਟ ਕੀਤਾ ਗਿਆ। ਉਸ ਤੇ ਹੁਣ ਮਾਲਵਿੰਦਰ ਕੰਗ ਨੇ ਪਲਟਵਾਰ ਕੀਤਾ। ਆਮ ਆਦਮੀ ਪਾਰਟੀ ਨੇ ਵੀ ਪਲਟਵਾਰ ਕਰਦੇ ਹੋਏ ਜਵਾਬ ਮੰਗਿਆ ਕਿ ਤੁਸੀਂ ਵੀ ਭਾਰਤ ਦੇ ਲੋਕਾਂ ਦੇ ਨਾਲ ਕਾਫੀ ਵਾਅਦੇ ਕੀਤੇ ਸੀ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੋ ਪ੍ਰਧਾਨ ਮੰਤਰੀ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਤੇ ਨਾਲ ਦੀ ਨਾਲ ਮਾਲਵਿੰਦਰ ਕੰਗ ਨੇ ਟਵੀਟ ਕਰਕੇ ਤੰਜ ਵੀ ਕੱਸਿਆ ਤੇ ਜਵਾਬ ਵੀ ਮੰਗਿਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਦੇ ਖਰਚਿਆਂ ਦਾ ਵੀ ਜ਼ਿਕਰ ਆ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਗਏ ਪਹਿਲਾਂ ਸਨੀਲ ਜਾਖੜ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਜਿਸ ਤਰ੍ਹਾਂ 615 ਕਰੋੜ ਰੁਪਏ ਦਾ ਖਰਚਾ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਆਇਆ ਜੋ ਕਿ ਚੰਦਰਜਾਨ ਤੇ ਲੱਗਿਆ ਹੈ ਤੇ ਤੁਸੀਂ ਨੇ ਇੰਨੇ ਵੱਧ ਜਿਹੜੇ ਪੈਸੇ ਨੇ ਉਸ ਤੋਂ ਜ਼ਿਆਦਾ ਫੰਡਾਂ ਦੀ ਦੁਰਵਰਤੋਂ ਕੀਤੀ ਆ ਤੇ ਲੋਕ ਕਿਸਾਨ ਮੁਆਵਜ਼ੇ ਦੇ ਲਈ ਡੀਕ ਰਹੇ ਨੇ ਜਿਹੜੇ ਹਰ ਪੀੜਤ ਕਿਸਾਨ ਨੇ ਇਸ ਤਰ੍ਹਾਂ ਦਾ ਟਵੀਟ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਹੁਣ ਆਵਾ ਦੀ ਪਾਰਟੀ ਨੇ ਵੀ ਭਾਜਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਜਵਾਬ ਦਿੱਤਾ ਹੈ ਤੇ ਪਲਟਵਾਰ ਕੀਤਾ ਹੈ ਮਾਲਵਿੰਦਰ ਕਾਂਦੇ ਕਾਂਗ ਦੇ ਵੱਲੋਂ ਟਵੀਟ ਕੀਤਾ ਆ ਗਿਆ ਉਹਨਾਂ ਨੇ ਕਿਹਾ ਕਿ ਚੰਦਰਯਾਨ 1 ਦੇ ਵਿੱਚ ਜਿਹੜਾ 386 ਕਰੋੜ ਰੁਪਏ ਲੱਗਿਆ ਸੀ 2008 ਦੇ ਵਿੱਚ ਚੰਦਰਯਾਨ 2 ਦੇ ਵਿੱਚ 978 ਕਰੋੜ ਲੱਗਿਆ ਸੀ 2019 ਦੇ ਵਿੱਚ ਚੰਦਰਯਨ 30 ਦੇ 3 ਦੇ ਵਿੱਚ 616 ਕਰੋੜ ਰੁਪਇਆ ਲੱਗਿਆ 2023 ਦੇ ਵਿੱਚ ਪਰ ਇਸ ਤੋਂ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਜਿਹੜੇ ਖਰਚੇ ਨੇ ਉਹਨਾਂ ਨੂੰ ਲੈ ਕੇ ਵੀ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਕਾਫੀ ਖਰਚੇ ਕੀਤੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਚਾਹੇ ਉਹ ਬਿਜਲੀ ਦੇ ਜ਼ੀਰੋ ਬਿੱਲ ਲੋਕਾਂ ਦੇ ਆਏ ਨੇ ਭਾਵੇਂ ਕਿ ਉਹ ਕਿਸਾਨ ਨੇ ਜਿਹੜੇ ਹੜ੍ਹ ਪੀੜ ਤੇ ਕਿਸਾਨ ਨੇ ਉਹਨਾਂ ਦੇ ਲਈ ਜਿਹੜੀ ਗਰਦਾਵਰੀ ਸੀ ਕਰਵਾ ਕੇ ਮੁਆਵਜ਼ਾ ਜਾਰੀ ਹੋਇਆ ਉਹਨਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ 700 ਕਰੋੜ ਰੁਪਏ ਗ੍ਰੇਡ ਸਟੇਡੀਅਮ ਤੇ ਖਰਚਿਆ ਤੇ 3000 ਕਰੋੜ ਰੁਪਏ ਉੱਚੀ ਮੂਰਤੀ ਤੇ ਇਸ ਤੋਂ ਇਲਾਵਾ 8000 ਕਰੋੜ ਦਾ ਜੈਟਾਂ ਤੇ ਖਰਚਾ ਆਇਆ ਤੇ 20000 ਕਰੋੜ ਦਾ ਵਿਸਵਾ ਪ੍ਰੋਜੈਕਟ ਤੇ 10 ਲੱਖ ਕਰੋੜ ਦਾ ਕਾਰਪੋਰੇਟ ਲੋਨ ਆ ਜਿਹੜਾ ਉਹ ਰਾਈਟ ਆਫ ਦਾ ਉਸਤੇ ਵੀ ਤੰਜ ਕਸਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਆ ਪਰ ਜਦੋਂ ਕਿ ਬੀਜੇਪੀ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ ਇਲਜ਼ਾਮ ਨੇ ਮਾਲਵਿੰਦਰ ਸਿੰਘ ਕੰਗ ਨੇ ਸੁਨੀਲ ਜਾਖੜ ਦੇ ਬਿਆਨਾਂ ਦੇ ਉੱਪਰ ਦਿੱਤੇ ਨੇ ਤੇ ਉਸ ਦੇ ਉੱਪਰ ਪਲਟਵਾਰ ਕੀਤਾ ਹੈ ਦੋਵੇਂ ਪਾਰਟੀਆਂ ਆਮੋ ਸਾਹਮਣੇ ਨੇ ਜਿੱਥੇ ਕਿ ਚੰਦਰਜਾਨ ਨੂੰ ਲੈ ਕੇ ਇਹ ਜਿਹੜਾ ਤੰਜ ਕੱਸਿਆ ਗਿਆ ਸੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਤੇ ਜਿਸ ਦੇ ਬਾਰੇ ਜਿਹੜਾ ਉਹਨਾਂ ਦੇ ਵੱਲੋਂ ਇੱਕ ਤੰਜ ਕੱਸਿਆ ਜਾਂਦਾ ਤੇ ਸਰਕਾਰ ਤੇ ਤਿੱਖਾ ਹਮਲਾ ਕੀਤਾ ਜਾਂਦਾ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਪਲਟਵਾਰ ਕਰ ਦਿੱਤਾ ਤੇ ਪ੍ਰਧਾਨ ਮੰਤਰੀ ਦੇ ਖਰਚਿਆਂ ਦਾ ਜ਼ਿਕਰ ਕੀਤਾ ਤੇ ਦੂਜਾ ਆਪਣੀਆਂ ਕੰਮਾਂ ਦੀਆਂ ਪ੍ਰਾਪਤੀਆਂ ਵੀ ਜਿਹੜੀਆਂ ਉਹ ਗਣਵਾਈਆਂ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਪੀੜਤਾਂ ਦਾ ਜਿਹੜਾ ਮੁਆਵਜ਼ਾ ਸੀ ਉਹ ਜਾਰੀ ਕਰ ਦਿੱਤਾ ਹੈ ਤੇ ਲੋਕਾਂ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਹੈਲਥ ਵਿਭਾਗ ਦੇ ਵਿੱਚ ਕੰਮ ਕਰ ਰਹੇ ਹਾਂ ਸਾਰੇ ਪਾਸੇ ਕੰਮ ਸਰਕਾਰ ਕਰਨ ਚ ਲੱਗੀ ਹੋਈ ਹੈ ਇਸੇ ਤਰ੍ਹਾਂ ਬਿਜਲੀ ਦੇ ਬਿੱਲ ਨੇ ਜਿਹੜੇ ਉਹ ਜ਼ੀਰੋ ਆਏ ਨੇ ਲੋਕਾਂ ਦੇ ਤੇ ਤੁਸੀਂ ਕਹਿ ਰਹੇ ਹੋ ਕਿ ਸਹੀ ਕੰਮ ਨਹੀਂ ਹੋ ਰਿਹਾ ਤੇ ਪੈਸੇ ਦੀ ਦੁਰਵਰਤ ਹੋ ਰਹੀ ਆ ਪਰ ਅਸੀਂ ਤਾਂ ਸਹੀ ਕੰਮ ਕਰਨ ਦੇ ਵਿੱਚ ਲੱਗੇ ਹੋਏ ਹਾਂ